ਇਹ ਸਿਆਸਤ ਹੈ। ਸਿਆਸਤ ਦੇ ਵਿੱਚ ਹੁਣ ਇਸ ਸਿਆਸੀ ਨਬਜ਼ ਨੂੰ ਟਟੋਲਿਆ ਫਿਰਾ ਕੇ ਜਲੰਧਰ ਦੇ ਵਿੱਚ ਡਾਕਟਰ ਦਾ ਵਿਆਹ ਇੱਕ ਸਿਆਸੀ ਬੰਦੇ ਨਾਲ, ਉਹ ਵੀ ਸੂਬੇ ਦੇ ਮੁੱਖ ਮੰਤਰੀ ਨਾਲ ਹੋ ਗਿਆ, ਅਤੇ ਇੱਕ ਪਾਸੇ ਏਸੀ ਸੀ, ਦੂਜੇ ਪਾਸੇ ਵੇਲੋ ਰੈਲੀਆਂ ਚਲਾਈ ਫਿਰ ਜਾਓ ਤੁਹਾਨੂੰ ਧੁੱਪੇ ਗਰਮੀ 'ਚ। ਬਹੁਤ ਮਸਲੇ ਹੁੰਦੇ ਨੇ ਜੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਘਰ ਆ ਕੇ ਕਹਿੰਦੇ ਵੀ ਹਾਂ ਕਿ ਆ ਪਹਿਲ ਦੇ ਆਧਾਰ 'ਤੇ ਇਹ ਜਿਵੇਂ ਆਪਣਾ ਵਾਅਦਾ ਵੀ ਸੀਗਾ ਕਿ 1,000 ਰੁਪਇਆ ਦਿੱਤਾ ਜਾਵੇ, ਉਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹਾਂ ਕਿ ਅੱਛਾ 1,000 ਵਾਲੀ ਚੂੰਡੀ ਵੱਢ ਹਟੇ ਤੁਸੀਂ ਮੁੱਖ ਮੰਤਰੀ ਸਾਹਿਬ ਦੇ। ਮੈਂ ਤਾਂ ਰੋਜ਼ ਹੀ ਕਹਿੰਦੀ ਹਾਂ ਜੀ। ਅੱਛਾ, ਸਿਆਸੀ ਵਾਅਦੇ ਤਾਂ ਤੁਹਾਨੂੰ ਲੱਗਦਾ ਕਿ ਪੂਰੇ ਕਰ ਰਹੇ ਨੇ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ, ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ।